बच्चे आए हैं इत्थे जच मरान कोल। आ देखो मूलियां खान दे आ। ते हुण असीं चाचू विखाउने अपने भैण भरावां। चाचू की करदा? अस्सलाम वालेकुम जी। चाचू अपने पट्ठे लद्दी जांदा वा, वढ ले आ। मकई दे पट्ठे वढणे सी ते आ देखो आ मकई वढ ली आ। हुण चाचू थब्बे पर पर रेहड़ी दे उत्ते रखण दे। आ चाचू दी गाड़ी आ। भैण भरावां नूं दिखाईए इत्थे हुंदी आ छल्ली लगदी जी। ऐ पौधा छल्ली दा आ, ऐ छल्ली लगी हुई। ऐ देखो जी छिल के दिखाई चाचू, ये हजे कच्चे आ। ऐ देखो सफेद छल्ली। आ देखो जी दाने। हाँ जी चिट्टियां छलियां वा। चाचू ये डंगरा अपने वड वड पाउंदा वा। आ सारी चाचू ने वड कल जानी है ते थोड़ी थोड़ी करके ले जांदा। ऐ देखो जी माशाल्लाह आ किन्ने पड़दे है ते इना पड़दियां दे विच आ दाने। ऐ देख लो जी अल्लाह पाक दा वेला किन्ना अंजाम। एक दो तीन चार ए पांच ते ए छे ते सातवां छेयां पर्दियां दे अंदर देख लो अल्लाह पाक दी कुदरत अल्लाह पाक दा करम। ऐ देखो हां जी किन्ने पर्दियां दे विच ते माशाल्लाह दाने देख लो तुसीं। इस तरह कोई मशीन भी नहीं चनाई कर सकदी जिस तरह इन्हां दी है शेप। तुसीं देख रहे किदां दाने लग रहे आ। लैणा हर दाने दी लैण। ऐ देखो जी लैण से दाने बनाए अल्लाह पाक ने। ऐ देख लो तुसीं बस शुक्र है ना अल्लाह पाक दा। असीं आए चाचू कोल, अम्मी ते आंटी समैरा भी नाल ही आ। माल्टा करदे वेख लो किन्ना प्यारा माल्टियां दा बाग आ। देखो किस भैण भरा ने खाने आ। आ जाओ माल्टे खा लो। जेहड़े दूर मेरियां मावां भैणां बैठियां उन्हां दिल ते करदा होना चाचू भी काश असीं भी इदां दे बूटे लगे होंदे पाकिस्तान दे खांदे। ਜਿਹੜੇ ਸਾਡੇ ਭੈਣ ਭਰਾ ਸ਼ਹਿਰਾਂ ਦੇ ਵਿੱਚ ਰਹਿੰਦੇ ਵਿਚਾਰੇ ਕਦੀ ਨਿਕਲੇ ਨਹੀਂ ਇੱਥਾਂ ਖੇਤੀਬਾੜੀ 'ਚ ਅਤੇ ਸਾਫਦਾਰ ਉਹਨਾਂ ਵਿਚਾਰਿਆਂ ਦਾ ਦਿਲ ਕਰਦਾ ਹੋਊਗਾ ਵੀ ਅਸੀਂ ਵੀ ਇਹ ਮਾਹੌਲ ਦੇਖੀਏ ਹੋਰ ਆਪਣੇ ਗਾਓ ਦਾ ਜਾਂ ਖੇਤੀਬਾੜੀ। ਹੁਣ ਆਹ ਮਾਸ਼ਾਅੱਲਾ ਦੇਖੋ ਫਰੂਟ ਤਾਜ਼ਾ ਫਰੂਟ ਅੱਲਾਹ ਦਾ ਲੱਖ ਲੱਖ ਸ਼ੁਕਰ ਆ ਕਿ ਅਸੀਂ ਆਹ ਖਾ ਰਹੇ ਹਾਂ। ਕੋਈ ਪਰੇਸ਼ਾਨੀ ਨਹੀਂ ਨਾ ਕੋਈ ਰੋਕ ਨਾ ਕੋਈ ਟੋਕ ਆ ਇੱਥੇ। ਜਿੱਥੋਂ ਦਿਲ ਕਰਦਾ ਉੱਥੋਂ ਹੀ ਤੋੜ ਕੇ ਅਸੀਂ ਜ਼ਿਮੀਦਾਰ ਕਿਸੇ ਭਰਾ ਤੋਂ ਪੁੱਛ ਕੇ ਅਤੇ ਖਾ ਲੈਂਦੇ ਹਾਂ। ਅਤੇ ਅੱਗੋਂ ਜ਼ਿਮੀਦਾਰ ਵੀ ਭਰਾ ਇੱਦਾਂ ਦੇ ਆ ਕਿ ਸਾਨੂੰ ਆਪਣਾ ਮਨਾ ਨਹੀਂ ਕਰਦੇ ਵੀ ਕਿਉਂਕਿ ਸਾਡੀ ਜ਼ਮੀਨ ਜਾਂ ਜਾਇਦਾਦ ਕੋਈ ਨਹੀਂ। ਉਹਨਾਂ ਨੂੰ ਪਤਾ ਵੀ ਇਹਨਾਂ ਵਿਚਾਰਿਆਂ ਨੇ ਇੱਥੋਂ ਹੀ ਖਾਣਾ ਸਾਡੇ ਜ਼ਮੀਨਾਂ 'ਚੋਂ ਖੇਤਾਂ 'ਚੋਂ। ਅਤੇ ਮਿਹਰਬਾਨੀ ਉਹਨਾਂ ਭਰਾਵਾਂ ਦੀ ਕਿ ਸਾਨੂੰ ਕੋਈ ਵੀ ਨਹੀਂ ਰੋਕਦਾ ਖਾਣ ਪੀਣ ਵੱਲੋਂ। ਅਤੇ ਲੇਕਿਨ ਪੁੱਛ ਕੇ ਤੁਸੀਂ ਆਪਣੀ ਚੀਜ਼ ਜਿਹੜੀ ਮਰਜ਼ੀ ਲੈ ਲਓ ਖਾ ਲਓ, ਆਪਣਾ ਕੋਈ ਪਰੇਸ਼ਾਨੀ ਨਹੀਂ ਹੈਗੀ। ਅਤੇ ਇਹ ਅਸੀਂ ਆਪਣੇ ਭੈਣਾਂ ਭਰਾਵਾਂ ਨੂੰ ਤਾਂ ਵਾਰ ਵਾਰ ਖੇਤੀਬਾੜੀ ਦਾ ਦਿਖਾਈ ਦੀ ਆ ਵੀਡੀਓ ਕਿ ਉਹ ਵੀ ਦੇਖ ਕੇ ਖੁਸ਼ ਹੋਣ। ਸੁੱਕੇ ਪੈ ਆ ਵੀ ਸੁੱਕਾ ਬੂਟਾ ਆ ਵੀ ਸੁੱਕਾ ਬੂਟਾ ਇਹ ਸੁੱਕ ਗਿਆ ਖਰਾਬ ਹੋ ਗਿਆ। ਕਿਸੇ ਬੂਟਿਆਂ ਨੂੰ ਥੋੜ੍ਹਾ ਫਲ ਆ ਤੁਸੀਂ ਦੇਖ ਸਕਦੇ ਇਹਨੂੰ ਥੋੜ੍ਹਾ ਵਾ ਇਹਨੂੰ ਹੈ ਹੀ ਨਹੀਂ ਬਹੁਤ ਕੰਮ ਲੱਗਿਆ ਹੋਇਆ। ਇਸ ਤਰ੍ਹਾਂ ਹੀ ਹੈ ਜੀ ਜਿਸ ਤਰ੍ਹਾਂ ਇੱਕ ਬੰਦਾ ਸਿਹਤਮੰਦ ਹੁੰਦਾ ਅਤੇ ਇੱਕ ਬਿਮਾਰ। ਇਹ ਸਮਝ ਲਓ ਵੀ ਬਿਮਾਰ ਹੀ ਆ ਜਿਹੜੇ ਵਿੱਚ ਪੌਦੇ ਜਿਨ੍ਹਾਂ ਨਾਲ ਫਲ ਹੈ ਨਹੀਂ ਆ। ਅਤੇ ਉਹ ਤੁਸੀਂ ਦੇਖ ਸਕਦੇ ਹੋ ਮਾਸ਼ਾਅੱਲਾ ਸਿਹਤਮੰਦ ਉਹ ਦੇਖੋ ਇਹ ਫਲ ਸੋਹਣਾ ਕਿਆ ਸਾਨੂੰ ਫਲ ਲੱਗਾ ਵਾ ਮਾਸ਼ਾਅੱਲਾ। ਜ਼ਮੀਨ ਤਾਂ ਹੀ ਚਾਚੂ ਫਲ ਲੱਗਾ ਮਾਸ਼ਾਅੱਲਾ ਮਾਸ਼ਾਅੱਲਾ। ਹਾਲਾਂਕਿ ਡਿੱਗਿਆ ਵੀ ਬਹੁਤ ਆ ਖਰਾਬ ਹੋ ਗਿਆ। ਆਹ ਦੇਖੋ ਹਲੇ ਵੀ ਦਾਣੇ ਨਾ ਥੱਲੇ ਖਰਾਬ ਪਏ ਇਹਦੇ। ਇਹ ਦੇਖੋ ਅਸੀਂ ਅੱਗੇ ਵੀ ਆਪਣੀ ਇੱਕ ਵੀਡੀਓ 'ਚ ਦਿਖਾਇਆ ਸੀ ਇੱਕ ਵੀਡੀਓ 'ਚ ਦੋ ਦੇ ਵਿੱਚ ਨਾ ਵੀ ਅਸੀਂ ਖਰਾਬ ਦਾਣੇ ਜਿਹੜੇ ਚੁੱਕ ਰਹੇ ਨੇ ਥੱਲੇ ਉਹ ਨਾ ਇਹ ਦਿਓ। ਅਤੇ ਮਾਸ਼ਾਅੱਲਾ ਹਲੇ ਵੀ ਦੇਖੋ ਅੱਲਾਹ ਪਾਕ ਦੀ
ਦੁਆ ਨਾਲ ਕਿੰਨੀ ਰੌਣਕ ਹੈ ਇਹਦੇ ਉੱਤੇ ਉਜਰ ਉੱਤੇ ਨਹੀਂ ਜਾਂ ਮਾਸ਼ਾਅੱਲਾ 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 ਤੁਹਾਨੂੰ ਇਹ ਨਹੀਂ ਪਤਾ ਵੀ ਸਾਡੇ ਇਲਾਕੇ 'ਚ ਇਹਨਾਂ ਦਾ ਰੇਟ ਕੀ ਆ ਨਾ ਅਸੀਂ ਕਦੀ ਖਰੀਦੇ ਨਾ ਖਰੀਦ ਕੇ ਅਸੀਂ ਇਹ ਕਦੀ ਬਾਜ਼ਾਰ 'ਚੋਂ ਖਾਧੇ ਕਿਉਂਕਿ ਮਾਸ਼ਾਅੱਲਾ ਇੱਦਾਂ ਹੀ ਮਿਲ ਜਾਂਦਾ ਆਮ ਫਲ ਸਾਡੇ ਦੇ ਇਲਾਕੇ ਦੇ ਵਿੱਚ ਖਾਣ ਵਾਲਾ ਅਤੇ ਖਰੀਦ ਕੇ ਅਸੀਂ ਬਹੁਤ ਘੱਟ ਖਾਧਾ ਫਲ ਇਹ ਜਿਹੜਾ